ਬੀਤੀ ਦੇਰ ਸ਼ਾਮ ਲੁਧਿਆਣਾ ਦੇ ਗਿਆਸਪੁਰਾ ਫਾਟਕ ਨੇੜੇ ਵਾਪਰੇ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਲੋਕ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਆਪਣੇ 2-ਪਹੀਆ ਵਾਹਨ ਫਾਟਕ ਹੇਠੋਂ ਕੱਢਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਕਾਰਨ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਹਨ। ਚਾਹੀਦਾ ਪਿੱਛੋਂ ਵੀ ਹੋਣਾ ਚਾਹੀਦਾ ਤਾਂ ਕਿ ਦੋਨੇ ਪਾਸੇ ਸਾਰੇ ਇੱਥੇ ਇਕੱਠੇ ਦੋਨੇ ਪਾਸੇ ਹੁੰਦੇ ਨੇ, ਉਹਨਾਂ ਦਾ ਅੱਡ ਅੱਡ ਆਉਣਾ, ਇੰਨਾ ਐਕਸੀਡੈਂਟ ਦਾ ਬਚਾਅ ਆਉਣਾ ਹੈ। ਪੈਦਲ ਤਾਂ ਇੰਨਾ ਨਹੀਂ ਹੁੰਦਾ ਜਿੰਨਾ ਕਿ ਸਾਈਕਲ ਜਾਂ ਮੋਟਰਸਾਈਕਲ, ਇਹ ਜ਼ਿਆਦਾ ਕਰਦੇ ਨੇ। ਅਤੇ ਇਹਨਾਂ ਲਈ ਇਹ ਚਾਹੀਦਾ ਵੀ ਇਹ ਡਾਇਟਰ ਲੰਮਾ ਹੋਣਾ ਚਾਹੀਦਾ, ਉੱਧਰ ਉਹ ਡਾਇਟਰ ਮੋੜਨਾ ਚਾਹੀਦਾ ਤਾਂ ਕਿ ਇੱਕ ਸਾਈਡ 'ਤੇ ਖੜ੍ਹੇ ਰਹਿਣ ਇਹ ਫਾਟਕ 'ਤੇ। ਜਿਹੜਾ ਕੱਲ੍ਹ ਹਾਦਸਾ ਹੋਇਆ ਉਦੋਂ ਕਿਹਨੇ ਜ਼ਿੰਮੇਦਾਰ ਮੰਨਦੇ ਹੋ, ਕਿਹਨਾਂ ਦੀ ਕਮੀ ਰਹੀ ਹੈ? ਜ਼ਿੰਮੇਦਾਰ ਤਾਂ ਜ਼ਿੰਮੇਦਾਰੀ ਇਹਨਾਂ ਦੀ ਜਿਹੜੀ ਹੈ ਨਾ, ਜ਼ਿੰਮੇਵਾਰ ਇਹ ਨੇ ਜਿਹੜੇ ਅੱਗੋਂ ਲੰਘਦੇ ਨੇ। ਡੇਲੀ ਡੇਲੀ ਲੰਘਦੇ ਤੁਸੀਂ ਇੱਥੋਂ? ਹਾਂਜੀ ਡੇਲੀ ਲੰਘਦੇ। ਕਿੰਨੇ ਲੋਕ ਲੰਘਦੇ ਨੇ? ਹਾਂਜੀ ਕਿੰਨੇ ਲੋਕ ਲੰਘਦੇ ਡੇਲੀ? ਮੇਰੇ ਖਿਆਲ ਕਈ ਹਜ਼ਾਰਾਂ ਦੇ ਹਿਸਾਬ ਨਾਲ ਨਿਕਲਦੇ ਨੇ। ਅੱਛਾ, ਅਤੇ ਕੋਈ ਪ੍ਰਬੰਧ ਨਹੀਂ ਹੁੰਦਾ, ਰੋਕ ਟੋਕ ਨਹੀਂ ਹੁੰਦੀ ਕਿਸੇ ਵੱਲੋਂ? ਹਾਂਜੀ, ਜਿਹੜੇ ਲੋਕ ਲੰਘਦੇ ਨੇ ਉਹਨਾਂ ਨੂੰ ਰੋਕਿਆ ਨਹੀਂ ਜਾਂਦਾ ਇੱਥੋਂ? ਰੋਕਣ ਵਾਲਾ ਕੋਈ ਹੈਗਾ ਨਹੀਂ, ਸਾਰੇ ਅਨਪੜ੍ਹ ਗਵਾਰ ਨੇ ਲੰਘ ਜਾਂਦੇ ਨੇ, ਵਿੱਚ ਮੋਟਰਸਾਈਕਲ ਵਾਲੇ ਪੜ੍ਹੇ ਲਿਖੇ ਬੇਵਕੂਫ ਨੇ। ਮੈਂ ਇੱਥੋਂ ਨਿਕਲਦਾ ਹਾਂ ਫਾਟਕਾਂ ਦੇ ਉੱਤੋਂ, ਮੈਂ ਦੇਖਿਆ ਕਾਫੀ ਵਾਰ ਰਸ਼ ਹੁੰਦਾ ਫਾਟਕ ਡਾਊਨ ਦੇ ਬਾਵਜੂਦ ਵੀ, ਇੱਥੋਂ ਲੋਕ ਵਿੱਚੋਂ ਦੀ ਨਿਕਲਦੇ ਆ ਜਿਨ੍ਹਾਂ ਨੂੰ ਕਿ ਆਪਣੀ ਜਾਨ ਦਾ ਕੋਈ ਖਤਰਾ ਨਹੀਂ ਹੁੰਦਾ, ਨਿਕਲਣ ਦੇ ਬਾਵਜੂਦ ਵੀ ਗੱਡੀਆਂ ਆਉਂਦੀਆਂ ਜਾਂਦੀਆਂ ਆ, ਉਹਨਾਂ ਨੂੰ ਪਤਾ ਨਹੀਂ ਹੈ ਕਿ ਮੇਨ ਲਾਈਨ ਆ ਇਹ, ਉਹ ਫਿਰ ਵੀ ਨਿਕਲਦੇ ਆ। ਔਰ ਗੇਟਮੈਨ ਵੱਲੋਂ ਵਗੈਰਾ ਅਗਾਹ ਕੀਤਾ ਜਾਂਦਾ ਉਹਨਾਂ ਨੂੰ ਵਿਸਲਿੰਗ ਦੇ ਨਾਲ ਵੀ, ਅਤੇ ਉੱਦਾਂ ਵੀ ਉਹਨਾਂ ਨੂੰ ਕਿਹਾ ਜਾਂਦਾ ਆ ਵੀ ਤੁਸੀਂ ਸਾਈਡ 'ਤੇ ਹੋ ਜਾਓ, ਗੱਡੀ ਆ ਰਹੀ ਆ, ਪਰ ਉਹ ਕੋਈ ਆਪਣਾ ਸਮਝਦਾ ਨਹੀਂ ਹੈਗਾ, ਫਿਰ ਵੀ ਉਹ ਨੀਚੋਂ ਨਿਕਲਦੇ ਆ, ਜਿਹਦਾ ਕਿ ਕੱਲ੍ਹ ਉਹਨਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ। ਕਿੰਨੇ ਲੋਕ ਡੇਲੀ ਇੱਥੋਂ ਨਿਕਲਦੇ ਨੇ? ਡੇਲੀ ਘੱਟੋ ਘੱਟ ਨਹੀਂ 50-60 ਹਜ਼ਾਰ ਦੇ ਨੀਅਰ ਅਬਾਊਟ। ਇਹ ਭਾਜੀ ਲੋਕਾਂ ਦੀ ਆਪਣੀ ਆ, ਆਪਣੀ ਕਿਉਂਕਿ ਲੋਕ ਰੈਗੂਲਰ ਨਿਕਲਦੇ ਆ, ਉਹਨਾਂ ਨੂੰ ਰੋਕਿਆ ਵੀ ਜਾਂਦਾ, ਗੇਟ ਡਾਊਨ ਹੈ, ਹੂਟਰ ਵੀ ਵੱਜ ਰਿਹਾ ਆ, ਹੂਟਰ ਦੇ ਅਕੋਰਡਿੰਗ ਵੀ ਉਹਨਾਂ ਨੂੰ ਰੁਕਣਾ ਚਾਹੀਦਾ, ਮਗਰ ਉਹ ਰੁਕਦੇ ਨਹੀਂ ਹੈਗੇ, ਉਹ ਗੇਟ ਦੇ ਬੰਦ ਹੋਣ ਦੇ ਬਾਵਜੂਦ ਵੀ ਨੀਚੋਂ ਨਿਕਲਦੇ ਆ, ਅਤੇ ਉਹਨਾਂ ਨੂੰ ਇਹ ਪ੍ਰੋਬਲਮ ਕੱਲ੍ਹ ਕ੍ਰੀਏਟ ਹੋ ਗਈ ਹੈ। ਕੱਲ੍ਹ ਮੈਂ ਜਦੋਂ ਡਿਊਟੀ ਤੋਂ ਜਾ ਰਿਹਾ ਸੀ ਔਫਿਸ ਘਰ ਵਾਪਸ, ਤਾਂ ਮੈਂ ਦੇਖਿਆ ਇਹ ਹਾਦਸਾ ਹੋਇਆ ਸੀਗਾ, ਅਤੇ ਯਾਨੀ ਕਿ ਮੇਰੇ ਤੋਂ 2-4-5 ਮਿੰਟ ਪਹਿਲਾਂ ਹੀ ਹੋਇਆ ਸੀਗਾ ਜਦੋਂ ਮੈਂ ਨਿਕਲਿਆ ਇੱਥੋਂ ਦੀ ਆਇਆ, ਅਤੇ ਉਸ ਟਾਈਮ ਹੋ ਚੁੱਕਾ ਸੀ ਹਾਦਸਾ।